ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨੀਤ ਕਪੂਰ, ਜਲੰਧਰ। ਵੈਸਟ ਜ਼ਿਮਨੀ ਚੋਣਾਂ ਦਾ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਸੀ। ਅਖਾੜੇ ਦੇ ਵਿਚਾਲੇ ਬੀਜੇਪੀ ਦੇ ਉਮੀਦਵਾਰ ਸ਼ੀਤਲ ਅਨੁਗਰਾਲ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸਾਡੇ ਨਾਲ ਨੇ, ਗੱਲਬਾਤ ਕਰਦੇ ਨੇ। ਕੰਗ ਸਾਹਿਬ, ਇੱਕ ਵੱਡਾ ਤੁਸੀਂ ਖੁਲਾਸਾ ਕੀਤਾ ਕਿ ਇੱਕ ਬੰਦੇ ਤੋਂ ਪੈਸੇ ਲਿੱਤੇ ਗਏ, ਉਸਦੀ ਥਾਣੇ ਦੇ ਵਿੱਚ ਸੈਟਲਮੈਂਟ ਕਰਾਉਣ ਲਈ, ਕੀ ਪੂਰਾ ਮਾਮਲਾ ਹੈ? ਕੋ ਗੱਲ ਇਹ ਆ ਵੀ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਸ਼ੀਤਲ ਅਨੁਗਰਾਲ, ਇਹਨਾਂ ਦਾ ਜਿਹੜਾ ਨੈਕਸ ਇੱਥੇ ਕੰਮ ਕਰਦਾ ਹੈ, ਉਹਦੇ 'ਚ ਹਰ ਰੋਜ਼ ਨਵਾਂ ਕਾਰਨਾਮਾ ਸਾਹਮਣੇ ਆ ਰਿਹਾ। ਅੱਜ ਵੀ ਜਿਹੜਾ ਇਸ਼ੂ ਮੈਂ ਮੀਡੀਆ ਦੇ ਸਾਥੀਆਂ ਕੋਲ ਰੱਖਿਆ, ਉਹਦੇ 'ਚ ਐਕਸਟੋਰਸ਼ਨ ਦਾ ਇਸ਼ੂ ਹੈ, ਜਿਹਦੇ 'ਚ ਕਿਸੇ ਪਰਿਵਾਰ ਨੂੰ ਇਸ ਵਿੱਚ ਕਿ ਮੈਂ ਹੀ ਤੁਹਾਡਾ ਮੈਟਰ ਜਿਹੜਾ ਆ ਉਹ ਰਿਜ਼ੋਲਵ ਕਰ ਦਾਂਗੇ, ਸਾਨੂੰ ਪੈਸੇ ਦਿੱਤੇ ਜਾਣ। 5,20,000 ਰੁਪਇਆ ਦੀ ਅਮਾਊਂਟ ਉਹਨਾਂ ਕੋਲ ਲਿਆ ਗਿਆ ਔਰ 2,00,000 ਦੀ ਹੋਰ ਮੰਗ ਕੀਤੀ। ਔਰ ਮੈਨੂੰ ਲੱਗਦਾ ਹੈ ਵੀ ਇਹ ਸਿੱਧਾ ਸਿੱਧਾ ਐਕਸਟੋਰਸ਼ਨ ਦਾ ਇਸ਼ੂ ਹੈ ਔਰ ਵੱਡਾ ਮਤਲਬ ਕ੍ਰਾਈਮ ਹੈ ਜਿਹਨੂੰ ਲੈ ਕੇ, ਕਿਉਂਕਿ ਉਹ ਪਰਿਵਾਰ ਬੜੇ ਇੱਜ਼ਤਦਾਰ ਲੋਕ ਹੈ, ਆਊਟ ਆਫ ਕੰਟਰੀ ਹੈ ਇਸ ਟਾਈਮ, ਉਹ ਡਰਦੇ ਹੀ ਜਿਹੜੇ ਆ ਇਹਨਾਂ ਦੇ ਖਿਲਾਫ਼ ਨਹੀਂ ਗਏ। ਹੁਣ ਅਗਲਿਆਂ 'ਚ ਹਿੰਮਤ ਬੰਨੀ ਹੈ ਔਰ ਉਹਨਾਂ ਨੇ ਅੱਜ ਮੁੱਖ ਮੰਤਰੀ ਜੀ ਦੇ ਜਿਹੜਾ ਕੰਪਲੇਨੈਂਟ ਸੈੱਲ ਹੈ ਉਹਨੂੰ ਵੀ ਪਿਛਲੇ ਹਫ਼ਤੇ ਕੰਪਲੇਂਟ ਭੇਜੀ ਔਰ ਕਮਿਸ਼ਨਰ ਜਲੰਧਰ ਨੂੰ ਵੀ, ਅਤੇ ਉਹਦੇ 'ਤੇ ਇੰਸਟਰਕਸ਼ਨਾਂ ਜਾਰੀ ਹੋ ਗਈਆਂ ਵੀ ਇਹਦੇ 'ਤੇ, ਹਾਂ ਇਹਦੇ 'ਤੇ ਬਿਲਕੁਲ ਮਾਮਲਾ ਦਰਜ ਕੀਤਾ ਜਾਵੇ। ਕਿਸ ਤਰ੍ਹਾਂ ਦੀ ਐਕਸਟ੍ਰੈਕਸ਼ਨ ਬਣੀ ਔਰ ਕਿਆ ਇਸਦੇ ਸਬੂਤ ਹੈਗੇ ਨੇ ਕਿ ਵਾਕਈ ਪੈਸਾ ਲਿੱਤਾ ਗਿਆ ਜਾਂ ਪੈਸਾ ਮੰਗਿਆ ਗਿਆ? ਹਾਂ, ਇਹਦੇ 'ਚ ਇਸ ਤਰ੍ਹਾਂ ਹੈ ਜੀ, ਦੋ ਪਰਿਵਾਰਾਂ ਦਾ ਕੋਈ ਆਪਸੀ ਡਿਸਪਿਊਟ ਸੀ। ਸ਼ੀਤਲ ਅੰਗਰਾਲ, ਕਿਉਂਕਿ ਮੌਕੇ ਦਾ MLA ਸੀ, ਇਹਨੇ ਉਹਨਾਂ ਨੂੰ ਕਿਹਾ ਵੀ ਤੇਰਾ ਮੈਂ ਤੁਹਾਡਾ ਮੈਟਰ ਮੈਂ ਮਸਲਾ ਹੱਲ ਕਰਵਾ ਦੂੰਗਾ ਤੁਹਾਨੂੰ। ਇੱਕ ਆਮ ਬੰਦਾ ਨੂੰ ਡਰ 'ਚ ਬਹਿ ਜਾਂਦਾ ਵੀ ਮੈਂ ਪੁਲਿਸ ਥਾਣੇ ਜਾਊਂਗਾ, ਪਤਾ ਨਹੀਂ ਕੀ ਹੋ ਜੂਗਾ, ਇੱਕ ਆਮ ਧਾਰਨਾ ਤਾਂ ਹੈ ਹੀ ਆ ਨਾ ਲਾਈਕ। ਅਤੇ ਔਰ ਉਹਨਾਂ ਨੇ ਵਿਚਾਰਿਆਂ ਨੇ ਡਰਦੇ ਹੀ ਇਹਨਾਂ ਤੋਂ ਪੈਸੇ ਲਈ ਗਏ, ਇਹ ਉਹ ਦਈ ਗਏ, ਇਹ ਲਈ ਗਏ ਵੀ ਇੰਨੇ ਦੇ ਦਿਉ, 1,000,000 ਦੇ ਦਿਉ, 1,00,000 ਦੇ ਦਿਉ, 5,20,000 ਦਾ ਟੋਟਲ। ਉਹ ਕਹਿੰਦੇ ਸਾਡੇ ਕੋਲ ਸਬੂਤ ਵੀ ਹੈ, ਇਹਨਾਂ ਰਿਕਾਰਡਿੰਗਸ ਵੀ ਹੈ ਔਰ ਆਉਣ ਵਾਲੇ ਦਿਨਾਂ 'ਚ ਮੀਡੀਆ ਦੇ ਰੂਬਰੂ ਵੀ ਹੋਣਗੇ। ਲੇਕਿਨ ਕੱਲ੍ਹ ਸਾਹਿਬ, ਤੁਸੀਂ ਕਹਿ ਰਹੇ ਹੋ MLA ਸੀ ਜਿਸ ਟਾਈਮ, ਯਾਨੀ ਸਵਾਲ ਤੁਹਾਡੀ ਸਰਕਾਰ ਦੇ ਉੱਪਰ ਹੀ, ਕਿਆ ਉਸ ਸਮਾਂ ਵੀ ਕਰਪਸ਼ਨ ਚੱਲ ਰਹੀ ਸੀ ਤੁਹਾਡੀ ਸਰਕਾਰ ਦੇ ਵਿੱਚ? ਦੇਖੋ, ਨੋ ਡਾਊਟ MLA ਸੀਗਾ ਔਰ ਸਾਨੂੰ ਵੀ ਜਦੋਂ ਇੱਥੇ ਜਲੰਧਰ ਦਾ ਬਾਈ ਇਲੈਕਸ਼ਨ ਹੋਇਆ ਹੈ ਉਦੋਂ ਇਹ ਸਾਰਾ ਕੁਛ ਸਾਡੀ ਲੀਡਰਸ਼ਿਪ ਦੇ ਧਿਆਨ 'ਚ ਆ ਗਿਆ ਸੀ ਔਰ ਉਸ ਤੋਂ ਬਾਅਦ ਪਾਰਟੀ ਨੇ ਔਰ ਸਰਕਾਰ ਨੇ ਉੱਚਿਤ ਦੂਰੀ ਇਸ ਤੋਂ ਬਣਾ ਲਈ ਸੀ, ਇਸ ਕਰਕੇ ਇਸ ਫਰਸਟ੍ਰੇਸ਼ਨ 'ਚ ਤਾਂ ਪਾਰਟੀ 'ਚੋਂ ਰਿਜਾਇਨ ਕਰ ਗਿਆ। ਕੁਛ BJP ਵਾਲਿਆਂ ਦਾ ਪਤਾ ਹੀ ਹੈ, ਤੁਹਾਨੂੰ ਲਾਲਚ ਵੱਡਾ ਦੇ ਦਿੰਦੇ, ਲਾਲਚ ਹੀ ਬੰਦੇ ਆ ਔਰ ਇਹਨਾਂ 'ਤੇ ਇੱਕ ਮਾਮਲਾ ਨਹੀਂ ਗਾ, ਇਹਨਾਂ 'ਤੇ ਜਦੋਂ ਜਲੰਧਰ ਦੇ ਹਰੇਕ ਬੰਦੇ ਨਾਲ ਗੱਲ ਕਰੂੰਗੇ ਜਲੰਧਰ ਵੈਸਟ, ਇਹਨਾਂ ਦੇ ਰੋਜ਼ ਨਵੇਂ ਹੀ ਕਾਰਨਾਮੇ ਸਾਹਮਣੇ ਆਉਂਦੇ ਜਿਹਦੇ 'ਚ ਫਰੌਡ ਵੀ ਹੈ, ਐਕਸਟੋਰਸ਼ਨ ਵੀ ਆ, ਚੋਰੀ ਵੀ ਆ, ਠੱਗੀ ਵੀ ਆ, ਸੱਟਾ ਵੀ ਆ, ਦੜਾ ਵੀ ਆ, ਕਈ ਤਰ੍ਹਾਂ ਦੇ ਦੋਸ਼ ਹੈ ਇਹਨਾਂ 'ਤੇ। ਲੇਕਿਨ ਕੱਲ੍ਹ ਸਰ, ਜਦੋਂ ਵੀ ਆ ਪਰਚਿਆਂ ਦੀ ਗੱਲ ਆਉਂਦੀ ਹੈ ਨਾ, ਤਾਂ ਵਿਰੋਧੀਆਂ ਤੋਂ ਜਦੋਂ ਸਵਾਲ ਕੀਤੇ ਜਾਂਦੇ ਉਹ ਕਹਿੰਦੇ ਪਰਚਿਆਂ ਦੀ ਰਾਜਨੀਤੀ ਸਰਕਾਰ ਨੇ ਸ਼ੁਰੂ ਕਰ ਦਿੱਤੀ। ਅੱਜ ਇਸ ਤੋਂ ਪਹਿਲਾਂ ਸੋਮ ਪ੍ਰਕਾਸ਼ ਜਿਹੜੇ ਸਾਬਕਾ ਮੰਤਰੀ ਰਹੇ ਨੇ, ਸਾਬਕਾ ਸਾਂਸਦ ਰਹੇ ਨੇ, ਉਹਨਾਂ ਦੇ ਖਿਲਾਫ਼ ਵੀ ਇੱਕ ਪਰਚਾ ਹੋਇਆ ਔਰ ਹੁਣ ਤੁਸੀਂ ਸ਼ੀਤਲ ਅਨੁਗਰਾਲ ਦੇ ਖਿਲਾਫ਼ ਪਰਚੇ ਦੀ ਗੱਲ ਕਰ ਰਹੇ ਹੋ, ਇਸ ਦੇ ਉੱਪਰ ਸਵਾਲ ਜ਼ਰੂਰ ਕੀਤੇ ਜਾ ਰਹੇ ਨੇ ਕਿ ਚੋਣਾਂ ਸਮੇਂ ਹੀ ਇਹ ਪਰਚੇ ਕਿਉਂ ਹੋ ਰਹੇ ਨੇ? ਐਸਾ ਨਹੀਂ ਹੈ, ਚੋਣਾਂ ਦੀ ਗੱਲ ਨਹੀਂ, ਚੋਣ ਤਾਂ ਹੋਣਾ, ਇਸ ਤੋਂ ਪਹਿਲਾਂ ਵੀ ਕਈ ਲੋਕਾਂ 'ਤੇ ਹੋਏ ਆ। ਦੇਖੋ, ਜਿਹੜਾ ਵੀ ਪਹਿਲਾਂ ਕੀ ਸੀ, ਆਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਦੀ ਸੈਟਿੰਗ ਬਣ ਜਾਂਦੀ ਸੀ, ਅਕਾਲੀ ਭਾਜਪਾ ਸਰਕਾਰ 'ਚ ਹੁੰਦੀ ਸੀ ਅਤੇ ਕਾਂਗਰਸ ਹੀ ਸੈਟਿੰਗ ਕਰ ਜਾਂਦੀ ਸੀ, ਕਾਂਗਰਸ ਦੀ ਹੁੰਦੀ ਸੀ ਇਹਨਾਂ ਦੀ, ਇੱਕ ਦੂਜੇ ਨੂੰ ਬਚਾ ਲੈਂਦੇ ਸੀ। ਹੁਣ ਜਦੋਂ ਸਾਡੇ ਕੋਲ ਇੱਕ ਇਮਾਨਦਾਰ ਮੁੱਖ ਮੰਤਰੀ ਆਇਆ, ਉਹਨੂੰ ਤਾਂ ਆਪਣਾ ਕੋਈ ਨਿੱਜੀ ਇੰਟਰਸਟ ਹੈ ਨਹੀਂ, ਅਤੇ ਉਹ ਸਾਰਿਆਂ ਦਾ ਜਿਹੜੇ ਵੀ ਕਾਰਨਾਮੇ, ਹੁਣ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਆਪ ਇੱਕ ਦਿਨ ਕਹਿ ਰਹੇ ਜਿਹੜੀ ਫਾਈਲ ਚੱਕ ਲਓ ਕੁਛ ਨਾ ਕੁਛ ਉੱਥੇ ਸਕੈਮ ਹੀ ਮਿਲਦਾ ਹੈ, ਅਤੇ ਹਾਲਾਤ ਇਸ ਤਰ੍ਹਾਂ ਦੇ ਹੀ ਆ। ਇਹਨਾਂ ਲੋਕਾਂ ਨੇ ਸੱਤਾ 'ਚ ਰਹਿ ਕੇ, ਜਿਸ ਤਰ੍ਹਾਂ ਸੋਮ ਪ੍ਰਕਾਸ਼ ਜੀ ਦਾ ਤੁਸੀਂ ਜ਼ਿਕਰ ਕੀਤਾ, ਉਹ ਵੀ ਅੱਜ ਮੈਂ ਉਹਨੇ ਨਿਊਜ਼ 'ਚ ਦੇਖਿਆ, ਹੁਣ ਇਹਨਾਂ ਨੇ ਸੱਤਾ ਦੀ ਦੁਰਵਰਤੋਂ ਕਿਤੇ ਨਾ ਕਿਤੇ ਕੀਤੀ ਹੈ,
ਤੇ ਉਂਗਲਾਂ ਤਾਂ ਹੀ ਇਹਨਾਂ ਵੱਲ ਉੱਠ ਰਹੀਆਂ, ਧੂੰਆਂ ਤਾਂ ਹੀ ਉੱਠਦਾ ਹੈ ਜਿੱਥੇ ਕੋਈ ਅੱਗ ਲੱਗੀ ਹੋਵੇ। ਐਵੇਂ ਨਹੀਂ ਹਰ ਬੰਦਾ ਜਣੇ ਖਣੇ 'ਤੇ ਕੋਈ ਐਲੀਗੇਸ਼ਨ ਨਹੀਂ ਲੱਗਦਾ। ਹੁਣ ਤੁਸੀਂ ਕਮਿਸ਼ਨਰ ਆਫ ਪੁਲਿਸ ਨੂੰ ਡਾਇਰੈਕਸ਼ਨਾਂ ਦੀ ਗੱਲ ਕਰ ਰਹੇ ਹੋ ਕਿ ਡਾਇਰੈਕਸ਼ਨਾਂ ਜਾਰੀ ਹੋ ਗਈਆਂ ਨੇ, ਕਦੋਂ ਤੱਕ ਪਰਚਾ ਹੋ ਸਕਦਾ? ਨਹੀਂ, ਆਲਰੇਡੀ ਇਹ ਇੰਸਟਰਕਸ਼ਨ ਆ ਔਰ ਉਹਨਾਂ ਨੇ ਆਪ ਵੀ ਨੋਟਿਸ ਲੈ ਲਿਆ ਕਿਉਂਕਿ ਪੁਲਿਸ ਕਮਿਸ਼ਨਰ ਨੂੰ ਵੀ ਉਹ ਬੰਦਿਆਂ ਨੇ ਬਾਹਰੋਂ ਮੇਲ ਕੀਤੀ ਹੈ। ਪਹਿਲਾਂ ਬੰਦਾ ਡਰਦਾ ਜਾਂਦਾ ਨਹੀਂ, ਹੁਣ ਅਗਲਿਆਂ 'ਤੇ ਹਿੰਮਤ ਵਧੀ ਹੈ ਔਰ ਇਹ ਵੋਟਾਂ ਵੀ ਉਹਨਾਂ ਨੂੰ ਪਤਾ ਵੀ ਹੁਣ ਸਬਕ। ਦੇਖੋ, ਆਮ ਸਧਾਰਨ ਬੰਦੇ ਕੋਲ ਤਾਂ ਵੋਟ ਦਾ ਅਧਿਕਾਰ ਹੀ ਹੈ, ਤਾਕਤ ਹੈ, ਉਹ ਸਬਕ ਸਿਖਾਉਂਦਾ ਅਤੇ ਉਹ ਕਮਿਸ਼ਨਰ ਸਾਹਿਬ ਨੇ ਨੋਟਿਸ ਲਿਆ, ਮੈਨੂੰ ਲੱਗਦਾ ਜਲਦੀ ਇਨਵੈਸਟੀਗੇਟ ਕਰਕੇ। ਏਜੰਸੀਆਂ ਦਾ ਇਸਤੇਮਾਲ ਤਾਂ ਨਹੀਂ ਕਰ ਰਹੀ ਸਰਕਾਰ? ਨਹੀਂ ਨਹੀਂ, ਦੇਖੋ ਵੈਂਡੇਟਾ ਆਰੋਪ ਲੱਗਦੇ ਆ ਕਿ ਵੈਂਡੇਟਾ ਪੋਲੀਟਿਕਸ ਹੋ ਜਾਂਦੀ ਹੈ। ਭਗਵੰਤ ਮਾਨ ਜੀ ਦੀ ਸਰਕਾਰ ਜਦੋਂ ਦੀ ਆਈ ਹੈ ਵਿਨੀਤ ਜੀ, ਤੁਸੀਂ ਪਿੰਡਾਂ ਜਾ ਕੇ ਪਤਾ ਕਰੋ, ਅਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ 'ਚ ਜਿੰਨੀ ਵੈਂਡੇਟਾ ਸੀ, ਪਰਚਾ ਕਲਚਰ ਸੀ ਜਿਹਨੂੰ, ਪਰਚਾ ਕਲਚਰ ਵੀ ਕਾਂਗਰਸ ਆਈ ਅਕਾਲੀ ਅੰਦਰ ਠੋਕ ਦਿਓ, ਅਕਾਲੀ ਆ ਗਏ ਪਾ ਕਾਂਗਰਸ 'ਚ, ਉਹ ਸਾਰਾ ਪਰਚਾ ਕਲਚਰ ਜਿਹੜਾ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਖਤਮ ਕਰਤਾ। ਪਿੰਡਾਂ 'ਚ ਹੁਣ ਕਿਸੇ 'ਤੇ ਨਜਾਇਜ਼ ਪਰਚੇ ਨਹੀਂ ਹੁੰਦੇ, ਲੇਕਿਨ ਜਿਹੜੇ ਇਹੋ ਜਿਹੇ ਵੱਡੇ ਠੱਗ ਹੈ ਜਾਂ ਜਿਹੜੇ ਵੱਡੇ ਦੋਸ਼ੀ ਹੈ ਜਿਹਨਾਂ 'ਤੇ ਫਰੋਡ ਕਰਦੇ, ਉਹਨਾਂ 'ਤੇ ਤਾਂ ਕਾਰਵਾਈ ਹੋਊਗੀ। ਚਲੋ, ਤੁਸੀਂ ਜਲੰਧਰ ਵੀ ਆਏ ਹੋ, ਚੋਣਾਂ ਨੂੰ ਕਿੱਦਾਂ ਦੇਖਦੇ ਹੋ? ਕਿਆ ਤੁਹਾਡੇ ਕੈਂਡੀਡੇਟ ਜਿਹੜੇ ਨੇ ਕੈਪੇਬਲ ਹੈਗੇ ਨੇ ਕਿ ਸੀਟ ਦੇ ਉੱਪਰ ਤੁਹਾਡੀ ਜਿੱਤ ਹੋਏਗੀ? ਕਿਉਂਕਿ ਚੰਨੀ ਸਾਹਿਬ ਦੀ ਲੋਕ ਸਭਾ ਦੇ ਵਿੱਚ ਹੋਈ ਜਿੱਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਸੀਟ ਨੂੰ ਹੋਰ ਜ਼ਿਆਦਾ ਇਸ ਚੋਣ ਨੂੰ ਇੰਟਰਸਟਿੰਗ ਬਣਾਉਂਦੀ ਹੋਈ ਨਜ਼ਰ ਆਈ ਹੈ, ਕਿਉਂਕਿ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਉਹੀ ਫਤਵਾ ਇਸ ਵਾਰ ਮੁੜ ਤੋਂ ਕਾਂਗਰਸ ਨੂੰ ਮਿਲ ਸਕਦਾ ਹੈ। ਦੇਖੋ, ਜਲੰਧਰ ਵੈਸਟ ਦੀ ਜਿਹੜੀ ਬਾਈ ਇਲੈਕਸ਼ਨ, ਇਹਦੇ 'ਚ ਲੋਕਾਂ ਨੇ ਕੈਂਡੀਡੇਟ ਦਾ ਕਿਰਦਾਰ ਦੇਖ ਕੇ ਵੋਟ ਪਾਉਣੀ ਜੀ, ਔਰ ਸਾਡੀ ਖੁਸ਼ਕਿਸਮਤੀ ਹੈ, ਸਾਡਾ ਜਿਹੜਾ ਕੈਂਡੀਡੇਟ ਹੈ ਇੱਕ ਤਾਂ ਪਰਿਵਾਰਿਕ ਜਿਹੜੀ ਉਹਦੀ ਬੈਕਗਰਾਊਂਡ ਉਹ ਬੜੀ ਸ਼ਾਨਦਾਰ ਹੈ, ਉਹਨਾਂ ਦੇ ਫਾਦਰ ਵੀ ਮਿਨਿਸਟਰ ਰਹੇ, MLA ਰਹੇ, ਕਈ ਵਾਰ ਰਹੇ, ਕੋਈ ਉਹਨਾਂ 'ਤੇ ਐਲੀਗੇਸ਼ਨ ਨਹੀਂ, ਕੋਈ ਦੋਸ਼ ਨਹੀਂ ਕਿਸੇ ਤਰ੍ਹਾਂ ਦੀ, ਕੋਈ ਫਰੋਡ ਨਹੀਂ ਕਿਸੇ ਤਰ੍ਹਾਂ ਦਾ, ਕੋਈ ਉਹਨਾਂ 'ਤੇ ਗਲਤ ਧਾਰਨਾ ਨਹੀਂ ਲੋਕਾਂ 'ਚ, ਇੱਕ ਇਮਾਨਦਾਰ ਔਰ ਜ਼ਿੰਮੇਵਾਰ ਪਰ ਜਿਹੜੀ ਰਾਜਨੀਤਿਕ ਸ਼ਖਸੀਅਤ ਦੇ ਨਾਂ 'ਤੇ ਉਹਨਾਂ ਨੂੰ ਜਾਣਿਆ ਜਾਂਦਾ, ਔਰ ਉਹਨਾਂ ਦੇ ਬੇਟਾ ਜਿਹੜੇ ਕੈਂਡੀਡੇਟ ਹੈ ਮਹਿੰਦਰ ਭਗਤ ਜੀ, ਉਹਨਾਂ ਦੀ ਵੀ ਛਵੀ ਸਾਫ਼ ਸੁਥਰੀ ਹੈ। ਤਾਂ ਲੋਕਾਂ ਨੇ ਇਹ ਤੈਅ ਕਰਨਾ ਵੀ ਇਮਾਨਦਾਰ ਨੂੰ, ਸਾਫ਼ ਸੁਥਰੇ ਕਿਰਦਾਰ ਨੂੰ ਜਿਤਾਉਣਾ ਕਿ ਇਹੋ ਜਿਹੇ ਜਿਹੜੇ ਫਰੋਡ, ਔਰ ਮੈਨੂੰ ਪਤਾ ਵੀ ਜਲੰਧਰ ਵੈਸਟ ਵਾਲਿਆਂ ਨੇ ਫੈਸਲਾ ਕਰ ਲਿਆ, ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਭਗਤ ਜੀ ਨੂੰ ਉਹਨਾਂ ਦੀ ਸ਼ਖਸੀਅਤ ਦੇ ਆਧਾਰ 'ਤੇ ਔਰ ਭਗਵੰਤ ਮਾਨ ਜੀ ਦੀ ਸਰਕਾਰ ਦੀ ਕਾਰਗੁਜ਼ਾਰੀਆਂ 'ਤੇ ਵੋਟ ਪਾਉਣਾ। MP ਚੰਨੀ ਕੋਈ ਚੁਣੌਤੀ ਨਹੀਂ? ਉਹ ਚੰਨੀ ਸਾਹਿਬ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਹੜੇ ਉਹਨਾਂ ਦੇ ਕੈਂਡੀਡੇਟ ਹੈ ਡਿਪਟੀ ਮੇਅਰ ਰਹੇ ਆ ਉਹਨਾਂ 'ਤੇ ਵੀ ਕਈ ਦੋਸ਼ ਲੱਗਦੇ ਆ, ਔਰ ਇਸ ਕਰਕੇ ਮੈਨੂੰ ਲੱਗਦਾ ਨਹੀਂ ਉਹ ਕਿਸੇ ਤਰ੍ਹਾਂ ਵੀ ਜਿੱਤਣ ਵਾਲੀ ਪੋਜੀਸ਼ਨ 'ਚ ਨਹੀਂ ਹੈ। ਠੀਕ ਆ, ਵੋਟ ਜ਼ਰੂਰ ਮੁਕਾਬਲਾ ਉਹਨਾਂ ਨਾਲ ਹੋਊਗਾ ਸਾਡਾ, ਲੇਕਿਨ ਤਿੱਖੇ ਹਮਲੇ ਕਰ ਰਹੇ ਨੇ। ਅੱਜ ਵੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਸਰਕਾਰ 'ਤੇ ਸਵਾਲ ਖੜੇ ਕੀਤੇ ਨੇ ਕਿ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਹੂਬਹੂ ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਉਸੇ ਤਰਜ਼ 'ਤੇ ਬਣਾਈ ਹੈ, ਕਹਿੰਦੇ ਇਸ ਦੀ ਵੀ ਜਾਂਚ ਹੋ ਜਾਏ। ਦੇਖੋ, ਕਾਂਗਰਸੀ ਇਸੇ ਕੰਮ ਲਈ ਜਾਣੇ ਜਾਂਦੇ ਆ ਵੀ ਖਬਰਾਂ 'ਚ ਕਿਤਨਾ ਆਉਣਾ, ਕੰਮ ਤਾਂ ਇਹਨਾਂ ਨੇ ਕਦੀ ਕੋਈ ਕੀਤਾ ਨਹੀਂ ਹੈ। ਚੰਨੀ ਸਾਹਿਬ ਕਹਿੰਦੇ ਮੈਂ ਜੀ ਰਿਕਸ਼ਾ ਚਲਾ ਲੈਂਦਾ ਹੈ, ਮੈਂ ਬੈਂਡ ਚਲਾ ਲੈਂਦਾ ਹੈ, ਮੈਂ DJ ਚਲਾ ਲੈਂਦਾ ਹੈ, ਮੈਂ ਰੰਗ ਕਰ ਲੈਂਦਾ ਹੈ, ਮੈਂ ਖੇਤੀ ਕਰ ਲੈਂਦਾ, ਮੈਂ ਕਣਕ ਵੱਢ ਲੈਂਦਾ ਅਤੇ ਮੈਂ ਗਰੀਬ ਕਰਦਾ। ਅਤੇ ਜਿੱਡਾ ਵੱਡਾ ਐਮਪਾਇਰ ਉਹਨਾਂ ਨੇ ਖੜਾ ਕੀਤਾ ਚਮਕੌਰ ਸਾਹਿਬ ਦੇ, ਲੋਕਾਂ ਨੂੰ ਪਤਾ ਲੱਗ ਗਿਆ ਤਾਂ ਹੀ ਉੱਥੋਂ ਏਰੀਆ ਛੱਡ ਕੇ ਭੱਜਿਆ। ਸੋ ਇਹਨਾਂ ਨੂੰ ਬਹੁਤ ਸੀਰੀਅਸ ਲੈਣ ਦੀ ਲੋੜ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਮਾਲਵਿੰਦਰ ਸਿੰਘ ਕੰਘ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਡਾਇਰੈਕਸ਼ਨਾਂ ਜਿਹੜੀਆਂ ਨੇ ਉਹ ਜਾਰੀ ਹੋ ਚੁੱਕੀਆਂ ਨੇ। ਪੁਲਿਸ ਕਮਿਸ਼ਨਰ ਜਲੰਧਰ ਨੂੰ ਡਾਇਰੈਕਸ਼ਨਾਂ ਜਾਰੀ ਹੋਈਆਂ ਨੇ ਕਿ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਏ, ਯਾਨੀ ਸ਼ੀਤਲ ਨੰਗਰਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੇਕਰ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਹੁੰਦਾ ਹੈ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।